ਐਲਆਈਸੀ ਲੁਧਿਆਣਾ ਮੰਡਲ ਦੇ ਵਰਕਰ ਮਹਿਲਾ ਕਰਮਚਾਰੀਆਂ ਵੱਲੋਂ 109ਵਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੁਗਰੀ ਵਿਖੇ ਮਨਾਇਆ ਗਿਆ, ਜਿਸ ਵਿੱਚ ਡਾਕਟਰ ਪ੍ਰੇਗਿਆ ਜੈਨ ਆਈਪੀਐਸ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਨਾਰਦਰਨ ਜ਼ੋਨ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਦੇ ਬੈਨਰ ਹੇਠ ਆਯੋਜਿਤ ਕੀਤੇ ਗਏ ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਡਾਕਟਰ ਪ੍ਰੇਗਿਆ ਜੈਨ ਨੇ ਕਿਹਾ ਕਿ ਮਿਹਨਤ ਅੱਗੇ ਕੁਛ ਵੀ ਅਸੰਭਵ ਨਹੀਂ। ਉਹਨਾਂ ਨੇ ਮਹਿਲਾਵਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬੇਟਿਆਂ ਦੇ ਨਾਲ ਨਾਲ ਬੇਟੀਆਂ ਨੂੰ ਵੀ ਲਗਾਤਾਰ ਬਰਾਬਰ ਦਾ ਦਰਜਾ ਦੇਣਾ ਹੋਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੋ ਬਦਲਾਵ ਅਸੀਂ ਸਮਾਜ ਵਿੱਚ ਚਾਹੁੰਦੇ ਹਾਂ ਉਸ ਨੂੰ ਹਾਸਲ ਕੀਤਾ ਜਾ ਸਕੇ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ਤੇ ਲੁਧ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੇ ਡਿਵੀਜ਼ਨਲ ਆਫਿਸ ਡੁਗਰੀ ਵਿੱਚ ਨਰਦਰਨ ਜ਼ੋਨ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਦੇ ਬੈਨਰ ਤਲੇ ਲੁਧਿਆਣਾ ਵੂਮੈਨ ਸਬ ਕਮੇਟੀ ਵੱਲੋਂ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ, ਜਿਸ ਦੇ ਸਾਡੇ ਚੀਫ ਗੈਸਟ ਅੱਜ ਡਾਕਟਰ ਪ੍ਰਗਿਆ ਜੈਨ ਜੋ ਵੂਮੈਨ ਆਈਪੀਐਸ ਆਫਿਸਰ ਹੈ ਉਹ ਅੱਜ ਚੀਫ ਗੈਸਟ ਦੇ ਰੂਪ 'ਚ ਸਾਡੇ ਸਾਹਮਣੇ ਆਏ ਔਰ ਉਹਨਾਂ ਨੇ ਬਹੁਤ ਹੀ ਅੱਛੇ ਆਪਣੇ ਜਿਹੜੇ ਵਿਚਾਰਾਂ ਨਾਲ ਸਾਰੇ ਸਾਥੀਆਂ ਨੂੰ ਉਹਦੇ ਨਾਲ ਅਵਗਤ ਕਰਾਇਆ। ਅੱਜ ਦੀ ਸਭਾ ਦੇ ਵਿੱਚ ਸਾਡੇ ਜਿੰਨੇ ਵੀ ਲੋਕਲ ਬ੍ਰਾਂਚਿਸ ਦੀ ਮਹਿਲਾ ਸਾਥੀ ਸੀ ਉਹਨਾਂ ਨੇ ਪਾਰਟੀਸਪੇਟ ਕੀਤਾ, ਚਾਹੇ ਉਹ ਕਲਾਸ 1 ਸੀ ਚਾਹੇ ਉਹ ਕਲਾਸ 2 ਸੀ, ਸਾਰਿਆਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਔਰ ਡਾਕਟਰ ਪ੍ਰਗਿਆ ਜੈਨ ਨੇ ਸਾਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਟੂਵਰਡ ਸੋਸਾਇਟੀ ਟੂਵਰਡਸ ਨੇਸ਼ਨ ਸਾਡਾ ਕੀ ਰੋਲ ਹੈ ਉਹਦੇ ਬਾਰੇ ਦੱਸਿਆ ਔਰ ਅੱਜ ਅਸੀਂ ਉਹਨਾਂ ਨੂੰ ਆਪਣੇ ਆਉਣ ਵਾਲੇ ਟਾਈਮ 'ਚ ਦੱਸਿਆ ਕਿ ਅਸੀਂ ਅਗਲੇ ਵੀਕ ਅਸੀਂ ਕੁਛ ਨਾ ਕੁਛ ਸੋਸ਼ਲ ਐਕਟੀਵਿਟੀ ਵੀ ਕਰਨ ਜਾ ਰਹੇ ਹਾਂ। ਬਲਾਈਂਡ ਹੋਮ ਜਿਹੜਾ ਕਿ ਹੰਬੜਾ ਰੋਡ 'ਤੇ ਹੈ ਉੱਥੇ ਆਰ ਓ ਸਿਸਟਮ ਜਿਹੜੇ ਕਿ ਠੀਕ ਨਹੀਂ ਹੈ, ਬੰਦ ਹਾਲਤ 'ਚ ਪਏ ਹੈ, ਉਹਨੂੰ ਠੀਕ ਕਰਾ ਕੇ ਅਸੀਂ ਜਿਹੜੇ ਨੀਡੀ ਬੱਚੇ ਆ ਉਹਨਾਂ ਦੀ ਕੋਈ ਨਾ ਕੋਈ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਪ੍ਰਗਿਆ ਜੈਨ ਨੇ ਕਿਹਾ ਕਿ ਕੁਛ ਵੀ ਅਸੰਭਵ ਨਹੀਂ ਹੈ, ਜੇ ਅਸੀਂ ਕੋਸ਼ਿਸ਼ ਕਰੀਏ ਥੋੜ੍ਹੀ ਜਿਹੀ ਮਿਹਨਤ ਨਾਲ ਥੋੜ੍ਹੀ ਜਿਹੀ ਲਗਨ ਨਾਲ ਅਸੀਂ ਕਿਸੇ ਵੀ ਆਯਾਮ ਨੂੰ ਛੂਹ ਸਕਦੇ ਹਾਂ, ਪਰ ਸਾਨੂੰ ਨਾਲ ਦੇ ਨਾਲ ਆਪਣੀ ਸੋਸਾਇਟੀ 'ਚ ਬਦਲਾਵ ਲਿਆਉਣ ਲਈ ਆਪਣੇ ਜਿੱਥੇ ਅਸੀਂ ਆਪਣੀ ਬੇਟੀਆਂ ਨੂੰ ਸੰਸਕਾਰ ਦਿੰਦੇ ਹਾਂ ਨਾਲ ਨਾਲ ਸਾਨੂੰ ਆਪਣੇ ਜਿਹੜੇ ਬੋਇਜ਼ ਹੈ ਯਾਨੀ ਕਿ ਸਨ ਹੈ ਉਹਨਾਂ ਨੂੰ ਵੀ ਗਰੂਮਿੰਗ ਕਰਨੀ ਚਾਹੀਦੀ ਹੈ, ਉਹਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਦਾ ਪਾਲਣ ਪੋਸ਼ਣ ਦੇਈਏ ਕਿ ਉਹਨਾਂ ਦੇ ਮਨ 'ਚ ਉਹਨਾਂ ਦੀ ਜਿਹੜੇ ਸੰਸਕਾਰਾਂ ਦੇ ਵਿੱਚ ਜਿਹੜੇ ਵੂਮੈਨਸ ਦੇ ਪ੍ਰਤੀ ਹੈ ਐਜ਼ ਏ ਰਿਸਪੈਕਟ ਹੋ ਜਾਵੇ ਔਰ ਆਉਣ ਵਾਲੇ ਟਾਈਮ 'ਚ ਜਿਹੜਾ ਕਿ ਅਸੀਂ ਬਰਾਬਰੀ ਦਾ ਦਰਜਾ ਕਹਿ ਰਹੇ ਹਾਂ ਕਿ ਉਹ ਆਪਣੇ ਫੀਮੇਲਸ ਜਿਹੜੇ ਵੀ ਸਾਥੀ ਹੈ ਉਹਨਾਂ ਨਾਲ ਮਿਲ ਕੇ ਇੱਕ ਅੱਛੇ ਸਮਾਜ ਦੀ ਸਥਾਪਨਾ ਕਰਨ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਹੌਕਸ.ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।